ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਆਪਣੇ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਦੂਸਰੇ ਬੰਨੇ ਦੇਖਿਆ ਜਾ ਰਿਹਾ ਕਿ ਜਿਵੇਂ ਹੀ ਇਹ ਉਮੀਦਵਾਰ ਚੋਣ ਪ੍ਰਚਾਰ ਕਰਨ ਦੇ ਲਈ ਨਿਕਲਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਇਹਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਵਿਰੋਧ ਕੀਤਾ ਜਾਂਦਾ ਹੈ। ਤੁਸੀਂ ਤਸਵੀਰਾਂ ਹੰਸਰਾਜ ਹੰਸ ਦੀਆਂ ਦੇਖੀਆਂ ਹੋਣਗੀਆਂ, ਪਰਮਪਾਲ ਕੌਰ ਦੀਆਂ ਦੇਖੀਆਂ ਹੋਣਗੀਆਂ, ਤੇਜਿੰਦਰ ਸਿੱਧੂ ਦੀਆਂ ਦੇਖੀਆਂ ਹੋਣਗੀਆਂ ਅਤੇ ਹੋਰ ਕਈ ਭਾਜਪਾ ਆਗੂਆਂ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ। ਸੋ ਜਿੱਥੇ ਬਾਕੀ ਆਗੂ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ, ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਸੋ ਇਸ ਵਿਚਕਾਰ ਹੀ ਅੱਜ ਬਰਨਾਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਨਾਲ ਜਿਹੜੀ ਧੱਕਾ ਮੁੱਕੀ ਆ ਉਹ ਵੀ ਪੰਜਾਬ ਪੁਲਿਸ ਦੇ ਨਾਲ ਦੇਖਣ ਨੂੰ ਮਿਲੀ ਹੈ। ਪੰਜਾਬ ਪੁਲਿਸ ਦੇ ਵੱਲੋਂ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੂਸਰੇ ਬੰਨੇ ਕਿਸਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਭਾਜਪਾ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਤਾਂ ਕੀਤੀ ਗਈ ਅਤੇ ਅਰਵਿੰਦ ਖੰਨਾ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ। ਜਿਸ ਤੋਂ ਬਾਅਦ ਅਰਵਿੰਦ ਖੰਨਾ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਅਰਵਿੰਦ ਖੰਨਾ ਹੁਣੀ ਕਹਿੰਦੇ ਦਿਖਾਈ ਦਿੱਤੇ ਕਿ ਇਹ ਕੋਈ ਕਿਸਾਨ ਨਹੀਂ, ਕਿਸਾਨ ਤਾਂ ਆਪਣੇ ਖੇਤਾਂ ਦੇ ਵਿੱਚ ਹੈ ਕਿਉਂਕਿ ਵਾਢੀ ਦਾ ਸੀਜ਼ਨ ਚੱਲ ਰਿਹਾ, ਕਿਸਾਨਾਂ ਕੋਲ ਇੰਨੀ ਵਿਹਲ ਨਹੀਂ ਕਿ ਆ ਕੇ ਪ੍ਰਦਰਸ਼ਨ ਕਰਨ। ਉਹਨਾਂ ਨੇ ਇਸ ਸਾਰੇ ਦਾ ਠੀਕਰਾ ਮਾਨ ਸਰਕਾਰ ਦੇ ਉੱਤੇ ਭੰਨਿਆ। ਉਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ, ਭਗਵੰਤ ਮਾਨ ਦੇ ਬੰਦੇ ਨੇ ਜਿਹੜੇ ਭੇਜੇ ਗਏ ਨੇ ਅਤੇ ਮੇਰਾ ਵਿਰੋਧ ਕਰ ਰਹੇ ਨੇ, ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਨੇ। ਅਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੇ ਵਿੱਚ ਕਿਸਾਨ ਖੁਸ਼ ਨੇ, ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਨਹੀਂ ਹੈ, ਕਿਸਾਨਾਂ ਦੀ ਆਮਦਨ ਵਧੀ ਹੈ ਅਤੇ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਖੁਸ਼ ਹੈ। ਅਤੇ ਉੱਥੇ ਹੀ ਦੱਸ ਦਈਏ ਕਿ ਉਗਰਾਹਾਂ ਜਥੇਬੰਦੀ ਦੇ ਵੱਲੋਂ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਅਗਰਾਹਾਂ ਜਥੇਬੰਦੀ ਦੇ ਵੱਲੋਂ ਅਰਵਿੰਦ ਖੰਨਾ ਦਾ ਪ੍ਰਦਰਸ਼ਨ ਕੀਤਾ ਗਿਆ। ਸੋ ਹੁਣ ਅਰਵਿੰਦ ਖੰਨਾ ਹੋਰਾਂ ਨੇ ਇਹ ਬਿਆਨ ਦਿੰਦੇ ਹੋਏ ਹੋਰ ਕੀ ਕੁਛ ਕਿਹਾ, ਆਓ ਸੁਣਦੇ ਹਾਂ। ਕੁਛ ਨਹੀਂ, ਪਾਰਟੀ ਨੂੰ ਤਕੜਾ ਕਰਨ ਆਏ ਹਾਂ, ਹੱਲਾਸ਼ਾਰੀ ਦੇਣ ਆਏ ਆਪਣੇ ਕਾਰਜਕਰਤਾ ਨੂੰ, ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ, ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚਲਾਉਣਾ ਹੈ, ਉਸ ਮੁੱਦਿਆਂ 'ਤੇ ਆਪਾਂ ਗੱਲ ਕੀਤੀ ਹੈ। ਇਹ ਮੁੱਖ ਮੁੱਦਾ ਸੀ। ਜਿਵੇਂ ਕਿ ਕਿਸਾਨ ਯੂਨੀਅਨ ਨੇ ਧਰਨੇ ਲਾਏ ਹੋਏ ਆ, ਰਸਤੇ ਪ੍ਰੋਟੈਸਟ ਕਰ ਰਹੇ ਆ, ਪਿੰਡ ਜਾ ਕੇ ਉਹ ਕਹਿੰਦੇ ਬੀਜੇਪੀ ਦਾ ਵਿਰੋਧ ਕਰਾਂਗੇ। ਇਹ ਕਿਸਾਨ ਯੂਨੀਅਨ ਨਹੀਂ ਕਰ ਰਹੀ, ਆਮ ਆਦਮੀ ਪਾਰਟੀ ਦੇ ਕਾਰਜਕਰਤਾ ਕਰ ਰਹੇ ਆ। ਇਹ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ, ਜਿਨ੍ਹਾਂ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ, ਅਤੇ ਇਹ ਜੋ ਜਥੇਬੰਦੀਆਂ ਘੁੰਮ ਰਹੀ ਹੈ, ਭਗਵੰਤ ਮਾਨ ਸਾਹਿਬ ਦੇ ਲੋਕ ਆ, ਕਿਸਾਨ ਨਹੀਂ ਹੈ। ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੋਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਪਰਿਵਾਰ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ। ਜੋ ਆਪਣੇ ਕਿਸਾਨ ਹਨ ਉਹ ਬਿਲਕੁਲ ਮਿਹਨਤ ਕਰ ਰਹੇ, ਕੰਮ ਕਰ ਰਹੇ, ਔਰ ਭਾਰਤੀ ਜਨਤਾ ਪਾਰਟੀ ਪੰਜਾਬ, ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ, ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦੀ ਆਮਦਨੀ ਵਧਾਉਣ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ, ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ, ਕਿਸਾਨਾਂ ਦੀ ਆਪਾਂ ਮਦਦ ਕਰਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਤਾਰ ਦਿੱਤੇ ਲੋਕ ਸਭਾ ਸੰਗਰੂਰ ਤੋਂ ਜੀ, ਬੀਜੇਪੀ ਵੱਲੋਂ ਹਾਲੇ ਵੀ ਨਹੀਂ ਉਮੀਦਵਾਰ? ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ, ਬੀਜੇਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ, ਔਰ ਕਮਲ ਦੇ ਫੁੱਲ ਨੂੰ ਆਪਾਂ ਤਕੜਾ ਕਰ ਰਹੇ ਹਾਂ, ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲਿਜਾਵਾਂਗੇ। ਵੋਟਾਂ ਕਮਲ ਦੇ ਫੁੱਲ ਨੂੰ ਪੈਣੀ ਹੈ, ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ। ਸਰ, ਕਮਲ ਦਾ ਫੁੱਲ ਕਿੰਨਾ ਦੇ ਹੱਥ 'ਚ ਹੈ? ਹੈਂ? ਕਿੰਨਾ ਦੇ ਹੱਥ 'ਚ? ਕਿਹੜੇ? ਮੋਦੀ ਸਾਹਿਬ ਦੇ। ਮੋਦੀ ਸਾਹਿਬ ਦੇ ਤਾਂ ਹੈਗੇ ਯਾਰ, ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਕਿਹਦੇ ਹੱਥ 'ਚ? ਸਾਡੇ ਪ੍ਰਧਾਨਾਂ ਦੇ, ਸਾਡੇ ਜੋ ਚਾਰੋ ਪ੍ਰਧਾਨ ਆ, ਮਲੇਰਕੋਟਲੇ ਦਾ ਪ੍ਰਧਾਨ, ਬਰਨਾਲੇ ਦਾ ਪ੍ਰਧਾਨ, ਸਾਡੇ ਕਾਰਜਕਰਤਾ ਦੇ ਹੱਥ 'ਚ ਆ, ਸਾਡੇ ਸੰਗਰੂਰ ਦੇ ਪ੍ਰਧਾਨ, ਸਾਡੇ ਜੋ ਪਾਰਟੀ ਦੇ ਕਾਰਜਕਰਤਾ ਹਨ, ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ। ਇੱਕ ਬੰਦੇ ਨੂੰ ਤਾਂ ਲੈ ਕੇ ਜਾ, ਦੇਖੋ 1% ਦੀ ਗੱਲ ਨਹੀਂ ਹੈ, ਇੱਕ ਬੰਦੇ ਨੂੰ ਤਾਂ ਲੈ ਕੇ ਤੁਰਨਾ ਪਊਗਾ ਜੀ ਲੋਕ ਸਭਾ ਦਾ ਆਖਰ। ਸਰ, ਤੁਸੀਂ ਮੀਟਿੰਗਾਂ ਕਰ ਰਹੇ ਹੋ, ਕੀ ਲੱਗਦਾ ਵੀ ਜਦ ਰਾਮ ਜੀ ਨੇ
ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ, ਲੰਕਾ ਦੇ ਉੱਤੇ, ਅਤੇ ਹਨੂੰਮਾਨ ਸੈਨਾ ਉਹਦੇ ਨਾਲ ਸੀ। ਅਤੇ ਇਹ ਭਾਰਤੀ ਜਨਤਾ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਜਕਰਤਾ, ਹਰੇਕ ਵਰਕਰ, ਹਰੇਕ ਅਹੁਦੇਦਾਰ ਸਾਡਾ ਸਿੰਬਲ, ਸਾਡਾ ਉਮੀਦਵਾਰ ਹੈ। ਉਹ ਟਿਕਾ ਕੇ ਆਪਾਂ ਇੱਥੇ ਜਵਾਬ ਦੇਵਾਂਗੇ ਦੂਜੀ ਪਾਰਟੀਆਂ ਨੂੰ, ਔਰ ਇੱਥੇ ਜਿੱਤ ਕੇ ਜਾਵਾਂਗੇ। ਕਿ ਪਹਿਲਾਂ 12,000 ਵੋਟ ਆਪਾਂ ਨੂੰ ਪਈ ਸੀ, ਉਮੀਦ ਹੈ ਆਪਾਂ ਜਿੱਤ ਕੇ ਨੂੰ ਜਾਵਾਂਗੇ, ਜਿੱਤਾਂਗੇ, ਪੱਕਾ ਜਿੱਤਾਂਗੇ, 13 ਜਿੱਤਾਂਗੇ, ਪੂਰਾ ਜਿੱਤਾਂਗੇ, 100%। ਅਸੀਂ ਭਾਰਤੀ ਕਿਸਾਨ ਜਨੇਤਾ ਗਰਾਹਾਂ ਵੱਲੋਂ, ਅੱਜ ਜ਼ਿਲ੍ਹਾ ਬਰਨਾਲਾ ਵੱਲੋਂ, ਜ਼ਿਲ੍ਹਾ ਅਮਰਿੰਦਰ ਖੰਨਾ ਅੱਜ 2-3 ਪਿੰਡਾਂ ਦੇ ਵਿੱਚ ਆਇਆ, ਸ਼ਹਿਰਾਂ ਦੇ ਵਿੱਚ ਆਇਆ, ਮੀਟਿੰਗਾਂ ਕਰਦਾ ਸੀ, ਵਿਰੋਧ ਕੀਤਾ ਹੈ। ਐਸ ਕੇ ਐਮ ਵੱਲੋਂ ਫੈਸਲਾ ਹੋਇਆ ਹੈ, ਭਾਰਤ ਪੱਧਰ ਦੇ ਵਿੱਚ ਬੀਜੇਪੀ ਜਿਹੜੇ ਵੀ ਸੂਬੇ ਦੇ ਵਿੱਚ ਜਿਹੜੇ ਪਿੰਡਾਂ 'ਚ ਇਹਨਾਂ ਦੇ ਲੀਡਰ ਜਾਂਦੇ ਆ, ਅਸੀਂ ਕਹਿੰਦੇ ਵੀ ਬੀਜੇਪੀ ਦੇ ਲੀਡਰ ਪੰਜਾਬ ਦੇ ਪਿੰਡਾਂ 'ਚੋਂ, ਭਾਰਤ ਦੇ ਪਿੰਡਾਂ 'ਚੋਂ ਬਾਹਰ ਜਾਓ। ਜਿੰਨਾ ਬੀਜੇਪੀ ਨੇ ਪੰਜਾਬ ਭਾਰਤ ਦੇ ਵਿੱਚ ਹਊਆ ਮਚਾਇਆ ਹੋਇਆ, ਭਾਰਤ ਆਪਣੇ ਧਰਮ ਦੇ ਨਾਂ ਦੇ ਉੱਤੇ ਜਿਹੜੀਆਂ ਸੈਂਟਰ ਦੇ ਨਾਲ ਮੰਗਾਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ, 1.5 ਸਾਲ ਲੜ ਕੇ ਸਮਝੌਤਾ ਹੋਇਆ, ਉਹਨਾਂ ਸਮਝੌਤਿਆਂ ਤੋਂ ਬੀਜੇਪੀ ਭੱਜ ਚੁੱਕੀ ਹੈ। ਧਰਮ ਦੇ ਅੜ ਦੇ ਉੱਤੇ ਬੀਜੇਪੀ ਸਰਕਾਰ ਦੁਬਾਰੇ ਬਣਾਉਣਾ ਚਾਹੁੰਦੀ ਹੈ। ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ, ਅਪੀਲ ਕਰਦੇ ਹਾਂ ਵੀ ਆਉਣ ਵਾਲੇ ਦਿਨ ਜਿਹੜੇ ਸੰਘਰਸ਼ ਨੂੰ ਤੇਜ਼ ਕਰੋ। ਜਿਹੜੀ ਬੀਜੇਪੀ ਸਰਕਾਰ ਹੈ ਸੈਂਟਰ ਦੇ ਵਿੱਚ, ਉਹ ਜੇ ਸੈਂਟਰ ਦੇ ਵਿੱਚ ਦੁਬਾਰੇ ਕਾਬਜ ਹੁੰਦੀ ਹੈ, ਇਹ ਮਤ ਭੁੱਲ ਜੋ ਵੋਟਾਂ ਨਹੀਂ ਪੈਣੀਆਂ। ਧਰਮ ਦੇ ਨਾਂ 'ਤੇ ਦੰਗੇ ਕਰਾਉਣ ਲਈ ਸਰਕਾਰ ਕਾਹਲੀ ਹੋਈ ਹੋਈ ਹੈ। ਅਸੀਂ ਆਪਦੇ ਆਪਦੇ ਧਰਮਾਂ 'ਚ ਰਹਿ ਕੇ ਅਸੀਂ ਆਪਦੇ ਕਿੱਤੇ ਦੀ ਰਾਖੀ ਕਰਨੀ ਹੈ, ਅਤੇ ਸਰਕਾਰ ਦੇ ਖਿਲਾਫ ਜੰਗ ਨੂੰ ਤੇਜ਼ ਕਰਨਾ, ਅਤੇ ਲੋਕਾਂ ਨੂੰ ਅਪੀਲ ਕਰਨੀ ਹੈ ਭਾਈਚਾਰਾ ਬਣਾ ਕੇ ਰੱਖਣਾ, ਸਰਕਾਰ ਦੇ ਖਿਲਾਫ ਜੰਗ ਨੂੰ ਸ਼ਾਮਲ ਹੋਣਾ ਅਤੇ ਜਾਰੀ ਰੱਖਣਾ। ਅੱਜ ਅਸੀਂ ਅਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ, ਪਰ ਅਸੀਂ ਸਾਰੇ ਜ਼ਿਲ੍ਹੇ 'ਚੋਂ ਜਿਹੜੇ ਆਪਦੇ ਕਿਸਾਨ ਸੀ, ਕਚਹਿਰੀ ਚੌਂਕ 'ਚ ਇਕੱਠੇ ਸੀ, ਇੱਥੇ ਤਾਂ ਖੜਾਇਆ ਸੜਕ 'ਤੇ, ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ, ਅਤੇ ਇੱਥੇ ਪੁਲਿਸ ਨੇ ਗੱਡੀਆਂ ਟੇਢੀਆਂ ਕਰਕੇ ਸਾਡੇ ਸਾਧਨ ਰੋਕਿਆ, ਪੁਲਿਸ ਦਾ ਨਾਕਾ ਲੱਗਿਆ ਹੋਇਆ, ਅਸੀਂ ਆਪਦਾ ਪ੍ਰਦਰਸ਼ਨ ਕਰਨ ਲਈ ਖੜ੍ਹੇ ਹੈ। ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ, ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ, ਅਸੀਂ ਸਮਝਦੇ ਹਾਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਚੁੱਕਿਆ, ਅਸੀਂ ਆਪਦਾ ਵਿਰੋਧ ਪ੍ਰਦਰਸ਼ਨ ਕਰਨ 'ਚ ਪੂਰਾ ਸਫਲ ਹੋਏ ਹੈ, ਅਤੇ ਆਉਣ ਵਾਲੇ ਦਿਨਾਂ 'ਚ ਆਹ ਕੰਮ ਨਿਬੜ ਜਾਣਾ। ਆਉਣ ਵਾਲੇ ਦਿਨਾਂ 'ਚ ਅਰਵਿੰਦ ਖੰਨੇ ਵਰਗਿਆਂ ਦੀ ਪਲੀਟ ਦੇਖਿਓ ਪੈਂਦੀ, ਪਿੰਡਾਂ 'ਚੋਂ ਇਹਨਾਂ ਦੀ ਰੇਸ ਲਵਾਵਾਂਗੇ, ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਸਾਡੇ ਕਿਸਾਨਾਂ ਨੂੰ ਕਿੱਲ ਗੰਢਿਆ, ਕੰਧਾਂ ਗੰਢਿਆ, ਅਸੀਂ ਕਿੱਲ 'ਤੇ ਗੰਢ ਕੰਧਾਂ ਨਹੀਂ ਗੱਡਾਂਗੇ, ਅਸੀਂ ਬੰਦਿਆਂ ਦੀਆਂ ਕੰਧਾਂ ਖੜੀਆਂ ਕਰਾਂਗੇ। ਇਹਨਾਂ ਦੇ ਮੂਹਰੇ ਵੀ ਸਾਡੇ ਉੱਤੋਂ ਦੀ ਗੱਡੀਆਂ ਲੰਘਾ ਕੇ ਪਿੰਡਾਂ ਦੀਆਂ ਸੱਥਾਂ 'ਚ ਜਾ ਵੜੋ, ਨਹੀਂ ਇਹਨਾਂ ਨੂੰ ਸੱਥਾਂ 'ਚ ਵੜਨ ਨਹੀਂ ਦੇਵਾਂਗੇ, ਲੋਕਾਂ ਦੀ ਕਾਤਲ ਸਰਕਾਰ ਨੂੰ।